ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਕੁਲਵਿੰਦਰ ਬਿੱਲਾ ਇੱਕ ਅਜਿਹੇ ਪੰਜਾਬੀ ਸਿੰਗਰ ਜੋ ਕਿ ਆਪਣੀ ਬਿੱਲੀਆਂ ਅੱਖਾਂ ਕਰਕੇ ਤਾਂ ਮਸ਼ਹੂਰ ਹੀ ਨੇ ਅਤੇ ਆਪਣੀ ਗਾਇਕੀ ਨਾਲ ਵੀ ਆਪਣੇ ਫੈਨਸ ਨੂੰ ਖੂਬ ਐਂਟਰਟੇਨ ਕਰਦੇ ਨੇ। ਕੁਲਵਿੰਦਰ ਬਿੱਲਾ ਲੈ ਕੇ ਆ ਰਹੇ ਨੇ ਆਪਣਾ ਨਵਾਂ ਟਰੈਕ। ਕੁਲਵਿੰਦਰ ਬਿੱਲਾ ਦੇ ਇਸ ਨਵੇਂ ਟਰੈਕ ਦਾ ਨਾਮ ਹੈ ਪਾਪ। ਇਸ ਬਾਰੇ ਚ ਇਨਫੋਰਮੇਸ਼ਨ ਕੁਲਵਿੰਦਰ ਬਿੱਲਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਇਸ ਗਾਣੇ ਦੀ ਫਰਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਕੁਲਵਿੰਦਰ ਬਿੱਲਾ ਨੇ ਆਪਣੇ ਇਸ ਗਾਣੇ ਪਾਪ ਦੀ ਇਨਫੋਰਮੇਸ਼ਨ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਇਸ ਗਾਣੇ ਦੀ ਫਰਸਟ ਲੁੱਕ ਨੂੰ ਸ਼ੇਅਰ ਕਰਕੇ ਦਿੱਤੀ ਹੈ। ਇਸ ਫਰਸਟ ਲੁੱਕ ਨੂੰ ਸ਼ੇਅਰ ਕਰਦਿਆਂ ਕੁਲਵਿੰਦਰ ਬਿੱਲਾ ਲਿਖਦੇ ਨੇ, ਲੋ ਜੀ ਚੈੱਕ ਕਰੋ ਨਿਊ ਪ੍ਰੋਜੈਕਟ ਦੀ ਫਰਸਟ ਲੁੱਕ। ਟਾਈਟਲ ਤੋਂ ਏਦਾਂ ਲੱਗਦਾ ਹੈ ਵੀ ਜਿਵੇਂ ਸੈਡ ਸੌਂਗ ਹੈ, ਬਟ ਤੁਸੀਂ ਗੈਸ ਕਰੋ ਗਾਣਾ ਕਿਸ ਮੂਡ ਦਾ ਹੈ। ਸੈਡ, ਡਾਂਸਿੰਗ, ਰੋਮਾਂਟਿਕ। ਦੱਸ ਦਈਏ ਕਿ ਕੁਲਵਿੰਦਰ ਬਿੱਲਾ ਦੇ ਇਸ ਗਾਣੇ ਪਾਪ ਦੀ ਵੀਡੀਓ ਨੂੰ ਡਾਇਰੈਕਟ ਕਰ ਰਹੇ ਨੇ ਨਵਜੀਤ ਬੁੱਟਰ। ਹਾਲਾਂਕਿ ਕੁਲਵਿੰਦਰ ਬਿੱਲਾ ਨੇ ਇਸ ਗਾਣੇ ਦੀ ਕੋਈ ਰਿਲੀਜ਼ ਡੇਟ ਤਾਂ ਨਹੀਂ ਦੱਸੀ, ਪਰ ਇਸ ਪੋਸਟ ਨੂੰ ਪਾ ਕੇ ਆਪਣੇ ਫੈਨਸ ਤੋਂ ਸਵਾਲ ਜ਼ਰੂਰ ਪੁੱਛਿਆ ਕਿ ਗਾਣਾ ਕਿਸ ਮੂਡ ਦਾ ਹੋਵੇਗਾ, ਸੈਡ, ਰੋਮਾਂਟਿਕ ਜਾਂ ਫਿਰ ਡਾਂਸਿੰਗ। ਸੋ ਕਿੰਨੀ ਕੁੜੀ ਕਾ ਤੁਹਾਨੂੰ ਕੁਲਵਿੰਦਰ ਬਿੱਲਾ ਦੇ ਇਸ ਨਵੇਂ ਗਾਣੇ ਜਿਸ ਦਾ ਨਾਮ ਹੈ ਪਾਪ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ। ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਵਰ YouTube ਚੈਨਲ ਸਵੇਰਾ ਸਟਾਰ ਟਾਕਸ।